ਮਾਸ਼ਾਅੱਲਾ ਚੈੱਕ ਕਰੋ, ਸੋਹਣਾ ਵੀ ਲੱਗਦਾ ਟਰੈਕਟਰ ਦੇ ਉੱਤੇ ਦਾ। ਤੁਸੀਂ ਕਮੈਂਟ ਬੋਕਸ ਦੇ ਵਿੱਚ ਦੱਸਣਾ। ਮੇਰੇ ਖਿਆਲ ਦੇ ਵਿੱਚ ਤਾਂ ਬੰਪਰ ਬਹੁਤ ਪਿਆਰਾ, ਬਹੁਤ ਸੋਹਣਾ ਲੱਗ ਰਿਹਾ। ਲਓ ਜੀ ਦੋਸਤੋ, ਚੈੱਕ ਕਰੋ ਜੀ, ਬੰਪਰ ਲੱਗ ਰਿਹਾ ਮੁੱਛਾਂ ਵਾਲਾ। ਅਸਲਾਮ ਵਾਲੇਕੁਮ ਦੋਸਤੋ, ਆਪਣਾ ਚੈਨਲ ਪੀ ਕੇ ਯੂਟਿਊਬ ਚੈਨਲ 'ਚ ਖੁਸ਼ ਆਮਦੀਦ। ਦੋਸਤੋ ਮੌਜੂਦ ਆ ਜੀ ਭਾਈ ਰਿਆਜ਼ ਕੋਲ, ਲਾਹੌਰ ਟਰੈਕਟਰ ਮਾਰਕੀਟ ਦੇ ਵਿੱਚ, ਐਮ ਰਿਆਜ਼ ਕੇ ਜ਼ਰੀ ਹਾਲਾਤ। ਭਾਈ ਹੁਣੀ ਸਾਡੇ ਨਾਲ ਮੌਜੂਦ ਨੇ, ਭਾਈ ਹੁਣਾਂ ਜੀ ਪੂਰਾ ਸ਼ੋਅ ਕੀਤਾ। ਭਾਜੀ ਹੁਣਾਂ ਦਾ ਕਹਿਣਾ ਜੀ, ਅਸੀਂ ਵੀ 59 ਕਾਰਾਂ ਤਿਆਰ ਕਰਤਾ ਇੰਡੀਆ ਦੇ ਮੁਕਾਬਲੇ ਦੇ ਵਿੱਚ। ਠੀਕ ਆ, ਚੈੱਕ ਕਰੋ, ਅਸ਼ਰਫ ਸਲੈਰੀ ਜਰੀ ਫਾਰਮ ASI 59 11। ਚੈੱਕ ਕਰੋ ਭਾਈ, ਨੇ ਕਿਹਾ ਜੀ ਇਹ ਇੰਡੀਆ ਨਹੀਂ, ਅਸੀਂ ਪਾਕਿਸਤਾਨ 'ਚ ਵੀ 59 11 ਬੜੇ ਬੜੇ ਤਿਆਰ ਕਰ ਦਿੱਤੇ ਆ। ਬਾਕੀ ਭਾਈ ਦੇ ਭਾਈ ਨਾਲ ਗੱਲਬਾਤ ਕਰਦੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਭਲਵਾਨ ਜੀ, ਕੀ ਹਾਲ, ਠੀਕ ਠਾਕ ਹੋ? ਅੱਲਾ ਜੀ ਸ਼ੁਕਰ, ਅੱਲਾ ਜੀ। ਕੀ ਨਾਮ ਆਪਣਾ? ਮੇਰਾ ਨਾਮ ਜੀ ਮੁਹੰਮਦ ਅਸਗਰ ਸਲੈਰੀ ਦੇ ਪੋਕੇ। ਅੱਛਾ, ਤੇ ਕਿੱਥੋਂ ਆਏ ਹੋ ਜੀ? ਨਰਵਾਲ ਚੋਂ? ਹਾਂਜੀ, ਨਰਵਾਲ ਤੋਂ। ਕਿਹੜਾ ਅੱਗੇ ਆਪਣਾ ਇਲਾਕਾ? ਜ਼ਫਰਵਾਲ ਦੇ ਨਾਲ ਭੰਫਲ ਪਿੰਡ ਜੀ ਸਾਡਾ। ਅੱਛਾ, ਤੇ ਟਰੈਕਟਰ ਲਿਆ ਜੀ 385? ਹਾਂਜੀ। ਇਹ ਕੈਸ਼ ਲਿਆ ਬੁਕਿੰਗ ਦਾ? ਕੈਸ਼ ਲਿਆ, ਹਾਂਜੀ ਕੈਸ਼ ਲਿਆ। ਕੈਸ਼ ਲਿਆ? ਹਾਂਜੀ। ਕੀ ਰੇਟ ਮਿਲ ਗਿਆ? ਇਹ 34-65 ਦਾ ਮਿਲਿਆ ਜੀ। 34-65 ਚ? ਹਾਂਜੀ। ਫਰੈਸ਼ ਹੀ ਹੈ ਬਿਲਕੁਲ? ਹਾਂਜੀ। ਕਦੋਂ ਦਾ ਨਿਕਲਿਆ ਕੰਪਨੀ ਚੋਂ? ਇਹ ਹੋ ਗਿਆ 10-15 ਦਿਨ ਹੋ ਗਏ। 10-15 ਦਿਨ ਹੋ ਗਏ ਨੇ? ਹਾਂਜੀ। ਫਿਰ ਵੀ 34-65 ਚ ਮਿਲਿਆ? ਹਾਂਜੀ, ਉਦੋਂ ਦਾ ਟਾਈਮ ਨਹੀਂ ਲੱਗਣ ਦਿਆ, ਕਨੈਕਸ਼ਨ ਵਿੱਚ ਮਸਰੂਫ ਸੀ ਮੇਰਾ। ਅੱਛਾ ਅੱਛਾ, ਘਰ ਕੋਲ ਆਇਆ ਕਣਕ ਦਾ ਕੰਮ? ਹਾਂਜੀ, ਮੁਕਾ ਹੋਇਆ ਸਾਰਾ ਕੁਝ। ਤੇ ਕੀ ਸੂਰਤ ਹਾਲ ਫਿਰ ਕਣਕ ਦਾ, ਕੀ ਰੇਟ? ਕਣਕ ਤੇ ਵੜ ਗਿਆ ਜੀ, ਵੜ ਗਿਆ। ਬਹੁਤ ਕੰਮ ਖਰਾਬ ਹੋਇਆ। ਹਾਂਜੀ, ਜ਼ਿਮੀਦਾਰ ਨੇ ਸਿਰ ਤੇ ਬਾਹਾਂ ਰੱਖ ਲਈਆਂ। ਤੇ ਅੱਗੋਂ ਫਿਰ ਕੀ ਰੇਟ ਵਗੈਰਾ ਮਿਲਿਆ? ਵੇਚ ਆਇਆ ਕਿ ਸਾਂਭੀ ਹੈ ਜੀ? ਇਸੇ ਤਰ੍ਹਾਂ ਹੀ, ਜੇ ਕੁਝ ਵੇਚ ਛੜੀ ਕੁਝ ਸਾਂਭੀ, ਇਸੇ ਤਰ੍ਹਾਂ ਹੀ ਰੇਟ ਕਾਦਾ ਹੋ, ਜ਼ਿਮੀਦਾਰ ਨੂੰ ਕਾਹ ਰੇਟ ਮਿਲਣਾ? ਕੀ ਮਿਲ ਰਿਹਾ ਨਰਵਾਲ 'ਚ ਰੇਟ ਗੰਦਮ ਦਾ? 2400-2500 ਮਿਲ ਰਿਹਾ। 2400-2500? ਹਾਂਜੀ, 2400। ਇਹ ਰੇਟ ਦੇ ਨਾਲ ਕੋਈ ਹੋਇਆ? ਹਾਂਜੀ, ਕੋਈ ਰੇਟ ਨਹੀਂ, ਜ਼ਿਮੀਦਾਰ ਤੋਂ ਇਲਾਜ ਹੋ ਰਿਹਾ। ਇਹਲੇ ਜ਼ਿਮੀਦਾਰ ਦਾ ਸਮਝ ਲਓ ਮੁਆਸ਼ੀ ਕਤਲ ਹੋ ਰਿਹਾ। ਹਾਂਜੀ ਹਾਂਜੀ, ਇਹ ਗੱਲ। ਤੇ ਅਸੀਂ ਗੱਲ ਕਰਦੇ ਹਾਂ ਜੀ ਟਰੈਕਟਰ ਦੇ ਉੱਤੇ, ਤੇ ਤੁਹਾਨੂੰ ਪਤਾ ਗੰਦਮ ਦਾ ਕੋਈ ਰੇਟ ਵਗੈਰਾ ਨਹੀਂ ਸੀ ਹੈ ਜੀ, ਜਿਵੇਂ ਤਾਂ ਮਾਰਕੀਟ ਬਿਲਕੁਲ ਠੰਡੀ ਹੈ, ਬਿਲਕੁਲ ਡਾਊਨ ਹੈ। ਹਾਂਜੀ, ਬਿਲਕੁਲ ਡਾਊਨ ਦਾ ਕੰਮ, ਬਿਲਕੁਲ ਡਾਊਨ ਹੈ। ਹਾਂਜੀ ਹਾਂਜੀ। ਆ ਤੁਸੀਂ ਬਾਬਾ ਦੇਰ ਬਾਅਦ ਕਿਤੇ ਆਏ ਹੋ, ਨਹੀਂ ਤੇ ਇਥੇ ਟਰੈਕਟਰ ਕੋਈ ਆਉਂਦਾ ਹੀ ਨਹੀਂ। ਹਾਂਜੀ ਹਾਂਜੀ, ਬੇਸ਼ੱਕ ਸਹੀ ਗੱਲ ਜੀ, ਸਨਾਟਾ ਪਿਆ ਮਾਰਕੀਟ ਵਿੱਚ। ਭਾਈ ਨੇ ਤੁਹਾਨੂੰ ਪਤਾ 4900 ਘੁੰਮਣ ਨੇ ਰੇਟ ਕੱਢਿਆ ਸੀ ਜੀ ਜੀ, ਉਹ ਨਹੀਂ ਵਿਕੀ ਬਿਲਕੁਲ। ਤੇ ਰੇਟ ਹੁੰਦਾ ਕਣਕ ਦਾ ਤੇ ਫੇਰੀ ਦਾ ਹਰੀ ਗੱਲ ਕੋ ਆਵਾਮ ਨੇ ਆਉਣਾ ਸੀ, ਤੇ ਆਵਾਮ ਆਈ ਨਹੀਂ, ਸਾਰੀ ਗੱਲ ਪੈਸਾ ਹੀ ਨਹੀਂ ਆਇਆ ਆਵਾਮ ਦੇ ਕੋਲ, ਪੈਸਾ ਹੋਇਆ ਕੋ ਟਰੈਕਟਰ ਲੈਣ ਆਏ ਨੇ। ਹਾਂਜੀ, ਦੋ ਵਾ ਦੋ ਵਾ। ਮੈਂ ਨਾ ਫਿਰ ਵੀ ਇਹ ਬੰਦਿਆਂ ਦੇ ਵਿੱਚ ਜਿਗੜੇ ਹੈ ਨੇ, ਤੇ ਮਾਸ਼ਾਅੱਲਾ ਤੁਸੀਂ ਟਰੈਕਟਰ ਵੀ ਲਿਆ ਮਹਿੰਗਾ, ਨਾਲ ਪੂਰਾ ਸ਼ੌਕ ਵੀ ਕੀਤਾ। ਸ਼ੁਕਰ ਹੈ, ਸ਼ੁਕਰ ਹੈ। ਤੇ ਕੀ ਕੀ ਲਵਾਇਆ ਸਾਨੂੰ ਦੱਸੋ ਸਾਡੇ ਜ਼ਿਮੀਦਾਰਾਂ? ਇਹ ਜੀ ਭਾਰ ਰਿਆਜ਼ ਦੀ ਛੱਤ ਲਵਾਈ ਜੇ ਸਿੰਧੂ ਮੂਸੇ ਵਾਲੀ। ਠੀਕ ਠੀਕ ਹੈ ਜੀ। ਤੇ ਸਿੰਧੂ ਮੂਸੇ ਵਾਲਾ ਬੰਪਰ ਲਵਾਇਆ ਜੇ 9000? ਹਾਂਜੀ। ਵਾਹ, ਤੇ ਪਿੱਛੇ ਬੂਫਰ ਵੀ ਲਵਾਇਆ? ਹਾਂਜੀ, ਬੂਫਰ ਵੀ ਲਵਾਇਆ ਜੀ, ਪੂਰਾ ਸਟੀਲ ਵਾਲਾ ਬੂਫਰ ਲਵਾਇਆ ਜੀ, ਪਾਣੀ ਪੂਣੀ ਨਹੀਂ ਪਏਗਾ ਜੀ, ਤੇ ਪੂਰਾ ਹੈਵੀ ਕੰਮ ਕੀਤਾ। ਹਾਂਜੀ ਹਾਂਜੀ। ਇਹ ਭਾਈ ਕਿੰਨੇ ਜੀ ਲਵਾਇਆ ਜੇ? ਇਹ ਲੱਗਾ ਜੀ 1.5 ਲੱਖ ਦੀ ਜੀ। 1.5 ਲੱਖ ਦੀ ਛੱਤ ਤੇ ਬੂਫਰ ਹੈ? ਹਾਂਜੀ। ਤੇ ਬੰਪਰ ਅੱਗੇ? ਇਹ 80000 ਦਾ ਬੰਪਰ ਲੱਗਿਆ। ਤੇ ਬੰਪਰ ਕਿੱਥੋਂ ਵੇਖਿਆ ਜੇ ਅੰਜ ਦਾ? ਇਹ ਸਿੰਧੂ ਮੂਸੇ ਦਾ ਜੇ, ਉਹਦਾ ਨਕਲ ਲੱਗਿਆ ਨਤੀਜੇ ਹੈ ਜੀ। ਨਹੀਂ, ਇਹ ਸਪੈਸ਼ਲ ਤੁਸੀਂ ਆਪ ਤਿਆਰ ਕਰਵਾਇਆ? ਇਹ ਤੁਹਾਡੇ YouTube ਤੇ ਚੈੱਕ ਕੀਤਾ ਤੇ ਉਹਦੀ ਵਜ੍ਹਾ ਤੋਂ ਫਿਰ ਅਸੀਂ ਇੱਥੇ ਆਏ ਹਾਂ। ਠੀਕ ਹੈ ਠੀਕ ਹੈ। ਇਹ ਤਿਆਰ ਕਰਵਾਇਆ ਨਾਲ? ਹਾਂਜੀ, ਤਿਆਰ ਕਰਵਾਇਆ ਨਾਲ। ਹਾਂਜੀ ਹਾਂਜੀ। ਆ ਭਾਈ ਹੁਣੀ ਜੀ ਇਹਨਾਂ ਕੋਲ ਆਇਆ ਨਾ? ਹਾਂਜੀ, ਭਾਈ ਰੁਕ ਲਿਆ। ਆ ਜੀ, ਸਭ ਤੋਂ ਪਹਿਲਾਂ ਭਾਈ ਮੁਸ਼ਤਾਕ ਜੱਟ ਕੇ ਜ਼ਰੀ ਲਾਦ, ਇਹਨਾਂ ਨੇ ਆ ਬੰਪਰ ਤਿਆਰ ਕੀਤਾ ਸੀ। ਆਹ ਬੰਪਰ ਦੇ ਲਾਗੇ ਆਇਓ ਥੋੜ੍ਹਾ ਜਿਹਾ ਜੀ। ਸਭ ਤੋਂ ਪਹਿਲਾਂ ਜੀ ਇਹਨਾਂ ਨੇ ਆ ਬੰਪਰ ਤਿਆਰ ਕੀਤਾ ਸੀ, ਮਾਰਕੀਟ ਦੇ ਵਿੱਚ ਫਿਲਹਾਲ ਨਹੀਂ ਸੀ ਟ੍ਰੈਂਡ ਹੈਗਾ। ਜਦੋਂ ਦਾ ਇਹਨਾਂ ਨੇ ਬੰਪਰ ਤਿਆਰ ਕੀਤਾ, ਮਾਸ਼ਾਅੱਲਾ ਚੈੱਕ ਕਰੋ, ਸੋਹਣਾ ਵੀ ਲੱਗਦਾ ਟਰੈਕਟਰ ਦੇ ਉੱਤੇ ਦਾ। ਤੁਸੀਂ ਕਮੈਂਟ ਬੋਕਸ ਦੇ ਵਿੱਚ ਦੱਸਣਾ। ਮੇਰੇ ਖਿਆਲ ਦੇ ਵਿੱਚ ਤਾਂ ਬੰਪਰ ਬਹੁਤ ਪਿਆਰਾ, ਬਹੁਤ ਸੋਹਣਾ ਲੱਗ ਰਿਹਾ। ਪਹਿਲਾਂ ਇਹਦੇ ਵਿੱਚ ਥੋੜ੍ਹੀ ਜਿਹੀ ਕਮੀ ਪੇਸ਼ੀ ਆਇਆ ਸੀ, ਹੁਣ ਫਿਰ ਹਾਂਜੀ ਆ, ਫਿਰ ਹੋਰ ਜਿਹੜੀ ਆ ਪੂਰੀ ਇਹਨਾਂ ਕਰ ਦਿੱਤੀ ਆ, ਅੱਗੋਂ ਕੁੰਡ ਕਰ ਦਿੱਤਾ। ਚੈੱਕ ਕਰੋ ਤੇ ਮਾਸ਼ਾਅੱਲਾ ਪੂਰਾ ਜੀ ਬੰਪਰ ਸੱਜ ਰਿਹਾ ਜੀ 85 ਦੇ ਅੱਗੇ, 85 ਦੇ ਅੱਗੇ ਤੁਹਾਨੂੰ ਪਤਾ ਅੱਗੇ ਬੜੀ ਸ਼ਾਨ ਹੈ, ਤੇ ਬੰਪਰ ਲੱਗ ਕੇ ਹੋਰ ਹੋ ਗਈ ਹੈ। ਤੇ ਭਾਈ ਕਿੰਨੇ 'ਚ ਮਿਲਿਆ ਬੰਪਰ? ਇਹ ਬੰਪਰ ਭਾਈ ਹੋਰ 80000 ਰੁਪਏ 80000 ਰੁਪਏ 'ਚ?
ਹਾਂਜੀ ਜੱਟ ਸਾਹਿਬ ਬੰਪਰ 'ਚ ਕੋਈ ਕਮੀ ਪੇਸ਼ੀ ਰਹਿ ਗਈ? ਨਹੀਂ, ਇੱਕ ਇਹਦੇ ਵਿੱਚ ਹੋਰ ਕਮੀ ਪੇਸ਼ੀ ਅਸੀਂ ਕਰਨੀ ਹੈ। ਐਜ ਅਸੀਂ ਬਣਾਇਆ ਸੀ ਕਿਸੇ ਦੀ ਰਿਕੁਆਇਰਮੈਂਟ ਬੰਦੇ ਦੇ, ਠੀਕ ਹੈ, 400 ਦੀ ਪਲੇਟ ਲਾ ਕੇ ਜਿਹੜਾ ਹੁਣ ਅਸੀਂ ਬਣਾਉਂਦੇ ਉਹਨੂੰ ਡਬਲ ਕਰੂੰਗਾ, ਮਤਲਬ ਭਾੜਾ ਥੋੜ੍ਹਾ ਕਰਨ ਲੱਗੇ ਹਾਂ, ਦੋ ਜੋੜ ਕੇ ਬਣਾਵਾਂਗੇ। ਅੱਛਾ, ਇੱਧਰ ਵੀ ਦੋ ਹੋਣਗੀਆਂ? ਇਹ ਦੋ ਹੋਣਗੀਆਂ, ਐਡੀ ਚੌੜੀ ਹੋਈ ਹੈ। ਅੱਛਾ ਅੱਛਾ, ਉਹਦੇ ਵਿੱਚ ਫਿਰ ਸੰਗਲੀਆਂ ਦਾ ਸਿਸਟਮ ਵੀ ਲਾਵਾਂਗੇ, ਉਹਦਾ ਥੋੜ੍ਹਾ ਰੇਟ ਅਪ ਰੱਖਾਂਗੇ ਫਿਰ। ਹਾਂ, ਚੇਂਜਿੰਗ ਕਰਾਂਗੇ ਇਹਦੇ ਵਿੱਚ। ਹੋਰ ਇਹਦੀ ਚੌੜਾਈ ਕਿੰਨੀ ਕੁ ਹੈ ਵਾਲਾ? ਹੈਗੀ ਹੈ 4 ਫੁੱਟ ਦੀ, ਮਤਲਬ ਪਿਛਲੇ ਟਾਇਰਾਂ ਦੇ ਵਿੱਚ ਹੀ ਆ ਜਾਂਦੀ ਹੈ ਨਾ? ਟਾਇਰਾਂ ਦੇ ਵਿੱਚ ਆ ਜਾਂਦੀ ਹੈ। ਹਾਂ, ਠੀਕ ਹੈ, ਮਤਲਬ ਚੜਾਈ ਅੱਗੋਂ ਨਾ ਥੋੜ੍ਹੀ ਜਿਹੀ ਆ। ਹਾਂ, ਫਰੰਟ ਟਾਇਰਾਂ ਦੇ ਵੀ ਤਕਰੀਬਨ ਦਰਮਿਆਨ 'ਚ ਹੀ ਆ ਰਹੀ ਹੈ। ਅੱਛਾ, ਅਤੇ ਭਾਅ ਜੀ ਮਜ਼ੀਦ ਇਹ ਦੱਸੋ, ਆਪਣਾ ਕਿੰਨਾ ਜ਼ਿਮੀਂਦਾਰਾ ਕਰ ਰਹੇ ਹੋ? ਬਿਲਕੁਲ ਸਹੀ ਗੱਲ। ਤੇ ਭਾਈ ਟਰੈਕਟਰ ਕਿੰਨੇ ਰੱਖੇ ਜੇ, ਕਿਹੜਾ ਟਰੈਕਟਰ ਜ਼ਿਆਦਾ? ਇੱਕ ਮੇਰੇ ਕੋਲ 85 ਹੋ ਰਹੇ, 20 ਮਾਡਲ ਦੇ, ਠੀਕ ਹੈ। ਇੱਕ ਮੈਸੀ 10 ਮਾਡਲ ਦੇ, ਤੇ ਕਿਹਾ 85 ਲਿਆ ਸ਼ੌਕੀ ਤੌਰ ਤੇ, ਠੀਕ ਹੈ। ਇਹ ਵੀ ਵੇਖ ਕੇ ਤੁਹਾਡੀ ਯੂਟਿਊਬ 'ਤੇ ਤੁਹਾਨੂੰ ਦੇਖਿਆ, ਇਸੇ ਵਜ੍ਹਾ ਤੋਂ ਮੈਂ ਜਾਣਾ ਟਰੈਕਟਰ ਲੈਣ 'ਤੇ ਭਾਈ ਹੋਰਾਂ ਕੋਲ, ਫਿਰ ਲਵਾ ਕੇ ਲਿਆਵਾਂਗੇ। ਹਾਂਜੀ, ਇਹਦੀ ਤੁਸੀਂ ਸਪੈਸ਼ਲ ਸਾਨੂੰ ਕਾਲ ਕੀਤੀ ਹੈ ਜੀ, ਮੈਂ ਕਹਿੰਦਾ ਜੀ ਸਾਡੇ ਪਿੰਡੋਂ ਆਏ ਨੇ ਤੇ ਇਨਸ਼ਾਅੱਲਾ ਲਾਜ਼ਮੀ ਵੀਡੀਓ ਬਣਾਵਾਂਗੇ। ਤੇ ਸਾਨੂੰ ਇਹ ਦੱਸੋ, ਟਰੈਕਟਰ ਕਦੋਂ ਤੋਂ ਇਸਤੇਮਾਲ ਕਰ ਰਹੇ ਹੋ, ਮੈਸੀ ਕਿਹੜਾ ਟਰੈਕਟਰ ਤੁਹਾਡੇ ਕੋਲ? 2009 'ਚ ਮੈਂ ਵਾਹੀ ਸ਼ੁਰੂ ਕੀਤੀ ਜੀ। ਜੀ ਜੀ, ਆਪਣੇ ਜਿੰਨਾ ਨੂੰ ਘੁੱਟ ਕੇ ਪਾਓ ਉਹਨਾਂ ਦਾ ਤੇਲ ਖਾਏਗਾ, ਜਿੰਨਾ ਨੂੰ ਪੋਲਾ ਪਾਓਗੇ ਤੇਲ ਘੱਟ ਖਾਏਗਾ। ਨਾਰੋਵਾਲ ਤੋਂ ਅਸ਼ਰਫ ਸਲੈਰੀ ਏਐਸਆਈ ਡੱਪੂ ਕੇ, ਅੱਛਾ, ਜ਼ਰੀਫ ਫਾਰਮ ਜੀ ਇਹਨਾਂ ਦਾ। ਭਾਈ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਮਜ਼ੀਦ ਭਾਈ ਰਿਆਜ਼ ਨਾਲ ਗੱਲਬਾਤ ਕਰਦੇ ਹਾਂ। ਭਾਈ ਰਿਆਜ਼, ਅਸਲਾਮ ਅਲੈਕਮ। ਕਿੱਥੇ ਪਲਵਾਨ ਮੈਂ? ਨਹੀਂ ਨਹੀਂ ਜੀ, ਗੱਲ ਕਰੋ ਅੱਜ। ਵਾਲੇਕਮ ਸਲਾਮ। ਮਾਸ਼ਾਅੱਲਾ ਜੀ, ਪੂਰਾ ਸਿਸਟਮ ਲਾ ਦਿੱਤਾ ਭਾਈ ਹੁਣਾਂ ਨੂੰ, ਛੋਟ ਰਿਕੁਆਇਰਮੈਂਟ ਤੇ ਜਨਾਬ ਨਾ ਉਹਨਾਂ ਕਿਹਾ ਵੀ ਪੂਰਾ ਮੂਸੇ ਵਾਲਾ ਬਣਾਉਣਾ ਜੀ। ਅੱਛਾ, ਅਸੀਂ ਤਾਂ ਵੇਖ ਲੱਗੇ 60-11 ਮੈਂ ਲਹਾ ਦਿੱਤਾ, ਮੁੱਛਾਂ ਵਾਲਾ ਬੰਪਰ ਲਾਇਆ, ਫੁੱਲ ਹੈ ਵੀ ਮਗਰ ਹੈਂਪ ਲਾਇਆ ਜ਼ਬਰਦਸਤ ਕਿਸਮ ਦਾ। ਹਾਂ, ਦੇਖੇ ਨਾ ਹੈਂਪ ਲੱਗਾ ਹੈ ਤੇ ਪੂਰੀ ਇਹ ਕਰੀਏ ਨਾ 60 ਕਰਾਂ ਦਾ ਉਹ ਸਿਸਟਮ ਇਹਦਾ, ਵੇਖੋ ਨਾ ਬੜਾ ਜ਼ਬਰਦਸਤ। ਇਹਨਾਂ ਕਿ ਪੈਸੇ ਸਾਡੇ ਹੀ, ਟੈਨਸ਼ਨ ਨਹੀਂ ਲੈਣੀ, ਕੰਮ ਸਾਨੂੰ ਕਰਕੇ ਦੇਣਾ ਕੋਕੇ ਮੇਲ। ਅੱਛਾ, ਇਨਸ਼ਾਅੱਲਾ ਕੋਕੇ ਮੇਲ ਕੰਮ ਕਰ। ਤੇ ਆ ਸਟੀਲ ਉੱਤੇ ਲਾਈ ਹੈ, ਇਹਦੇ ਨਾਲ ਹੁਣ ਪਾਣੀ ਪੂਣੀ ਨਹੀਂ ਪਏਗਾ? ਪਾਣੀ ਨਹੀਂ ਪੈਂਦਾ, ਇਹ ਕੰਮ ਪੂਰਾ ਹੈਵੀ ਹੋ ਗਿਆ, ਪਾਇਦਾਰ ਕੰਮ ਹੋ ਗਿਆ। ਅੱਛਾ, ਸਾਈਡਾਂ ਤੇ ਵੀ ਦੋ ਦੋ ਸਪੀਕਰ ਨੇ? ਹਾਂ ਜੀ, ਸਾਈਡਾਂ ਤੇ ਵੀ ਦੋ ਦੋ ਸਪੀਕਰ ਨੇ ਤੇ ਦੋ ਵਿੱਚ ਵੱਡੇ। ਇਹ ਖਾਲੀ ਡੱਬਾ ਹੀ 75,000 ਦਾ ਹੈ, ਜਿਹੜਾ ਇਹ ਡੱਬਾ ਹੈ। ਅੱਛਾ ਅੱਛਾ, ਉਹ ਜਿਹੜਾ ਦੂਸਰਾ ਹੈ ਉਹ 50,000। ਤੇ ਬੂਫਰ ਕਿੰਨੇ ਲੱਗਾ, ਕਿੰਨੇ ਇੰਚ ਦਾ ਬੂਫਰ? ਫੁੱਟ ਦਾ ਲੱਗਾ ਹੈ ਪੂਰਾ। ਲੈ, ਚੰਗਾ ਬੂਫਰ ਲੱਗਾ ਹੈ ਵੈਰੀ ਗੁੱਡ। ਅੱਛਾ, ਕਿੰਨੇ ਚ ਲਾ ਦਿੱਤਾ ਭਾਈ ਹੁਣਾਂ ਨੂੰ? ਇਹਨਾਂ ਨੂੰ ਜਨਾਬ ਲਾ ਕੇ ਦਿੱਤਾ 1,70,000 ਦੀ ਛੱਡ ਦਿੱਤੇ ਆ। 1,70,000 ਚ ਭਾਈ ਹੁਣਾਂ ਨੇ ਕੈਸ਼ ਲਿਆ ਜੀ ਅਸੀਂ, 34,65 ਦਾ ਕਹਿ ਰਹੇ ਨੇ ਲਿਆ ਕੈਸ਼ ਹੈ। ਤੇ ਭਾਈ ਜਿਹੜੇ ਮਜ਼ੀਦ ਆਪਣਾ ਰਾਬਤਾ ਨੰਬਰ ਵਗੈਰਾ ਸ਼ੇਅਰ ਕਰ ਦਿਓ ਜੀ, ਕਿਸੇ ਨੇ ਅਗਰ ਰਾਬਤਾ ਨੰਬਰ 0300-7861-9345-40-4547। ਤੇ ਬੰਪਰ ਵੀ ਤੁਸੀਂ ਲਾ ਦਿੱਤਾ? ਹਾਂ, ਬੰਪਰ ਲਾ ਕੇ ਦਿੱਤਾ। ਚਲੋ ਠੀਕ ਹੈ ਜੀ, ਮਿਹਰਬਾਨੀ। ਚਲੋ ਜੀ ਦੋਸਤੋ, ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਰਨਾ, ਦੋਸਤਾਂ ਨਾਲ ਲਾਜ਼ਮੀ ਸ਼ੇਅਰ ਕਰਨਾ। ਇਨਸ਼ਾਅੱਲਾ ਮਿਲਾਂਗੇ ਨੈਕਸਟ ਵੀਡੀਓ 'ਤੇ।
ਬਾਕੀ ਹੁਣ ਲੋਹੜੀ ਵਗੈਰਾ ਕਰਨ ਲੱਗੇ ਹਾਂ।